ਗੁਰੂ ਕੇ ਸਿੱਖੋ ਚਾਅ ਪੈਦਾ ਕਰੋ, ਚਾਅ ਨਾ ਮਰਨ ਦਿਓ ਆਪਣੇ ਅੰਦਰੋਂ। ਕੀ ਆਖਿਆ? ਸਿੱਖੀ ਦਾ ਚਾਹ ਨਾ ਮਰਨ ਦਿਆ ਕਰੋ, ਸ਼ਰਧਾ ਪੈਦਾ ਕਰੋ। ਸਿੱਖੀ ਦੇ ਬੂਟੇ ਲਾਉਣੇ ਨੇ। ਹਰ ਇੱਕ ਮਾਂ ਆਖੇ, ਮਾਂ ਗੁਜਰ ਕੌਰ ਤੂੰ ਮੈਨੂੰ ਦੋ ਦੇ ਗਈਆਂ ਸਰਾਂ ਦਿੰਦੀਆਂ ਨੀਹਾਂ ਵਿੱਚ, ਅਤੇ ਮੇਰੇ ਗਾਂ ਬੂਟੇ ਲਾ ਕੇ ਗਈ। ਇੱਕ ਪਤਾ ਗੁਲਾਬ ਦੇ ਬੂਟੇ ਦੇ ਬੀਜ ਨਹੀਂ ਬੀਜੀ ਦੇ, ਪਤਾ ਜੇ ਕਿ ਨਹੀਂ ਕੀ ਹੁੰਦਾ ਹੈ? ਕਲਮਾਂ ਲਾਈ ਦੀਆਂ, ਅਤੇ ਉਹ ਤਾਂ ਕਲਮਾਂ ਵੀ ਬਣਾ ਕੇ ਚਮਕੌਰ ਦੀ ਗੜੀ 'ਚ ਤੁਹਾਨੂੰ ਦੇ ਗਿਆ। ਅਜੀਤ ਦਾ ਹੱਥ ਵੱਖਰਾ, ਅਜੀਤ ਦਾ ਪੈਰ ਵੱਖਰਾ, ਅਜੀਤ ਸਿੰਘ ਦੀ ਬਾਂਹ ਵੱਖਰੀ। ਉਹ ਕਲਮਾਂ ਤਾਂ ਸੀ, ਲਾਓ ਤਾਂ ਸਹੀ, ਨਹੀਂ ਪਤਾ ਲੱਗਦਾ। ਗੁਲਾਬ ਦੀਆਂ ਕੀ ਲਾਈ ਦੀਆਂ? ਕਲਮਾਂ ਲਾਈ ਦੀਆਂ, ਅਤੇ ਉਹ ਤਾਂ ਕਲਮਾਂ ਬਣਾ ਕੇ ਵੀ ਦੇ ਗਿਆ ਤੁਹਾਨੂੰ, ਆਪਣੇ ਪੁੱਤਾਂ ਦੀਆਂ ਬਣਾ ਕੇ ਦੇ ਗਿਆ। ਲਾ ਤਾਂ ਦਿਓ, ਇੰਨੇ ਤੋਂ ਸੁਚੇਤ ਹੋ ਵੀ ਚਲੋ ਬਾਬਾ ਅਜੀਤ ਸਿੰਘ ਦੇ ਨਾਂ ਦੇ ਉੱਤੇ ਅਸੀਂ ਇੱਕ ਸੰਸਥਾ ਬਣਾ ਕੇ ਵਾਹਿਗੁਰੂ ਦਾ ਨਾਮ ਜਪਾਈਏ, ਬੱਚਿਆਂ ਨੂੰ ਉਹਦੇ ਬਾਰੇ ਦੱਸੀਏ। ਸੱਚ ਜਾਣੋ, ਜਿਹੜਾ ਬਾਬਾ ਅਜੀਤ ਸਿੰਘ ਦੀ ਜ਼ਿੰਦਗੀ ਸੁਣ ਲੂਗਾ ਨਾ, ਉਹ ਬੱਚਾ ਮਰ ਤਾਂ ਸਕਦਾ, ਕੇਸ ਨਹੀਂ ਕਟਾ ਸਕਦਾ। ਤੁਸੀਂ ਦੱਸਣਾ ਹੀ ਬੰਦ ਕਰਤਾ ਹੈ ਸਾਹਿਬਜ਼ਾਦਿਆਂ ਬਾਰੇ। ਬੱਬੂ ਮਾਨ ਆ ਗਿਆ, ਭਗਵੰਤ ਮਾਨ ਆ ਗਿਆ, ਫਲਾਣਾ ਮਾਨ ਆ ਗਿਆ, ਗੁਰਦਾਸ ਮਾਨ ਆ ਗਿਆ, ਫਲਾਣਾ ਆ ਗਿਆ, ਮੂਸੇਵਾਲਾ ਆ ਗਿਆ, ਇਹੋ ਜਿਹੇ ਨਾਮ ਦਿਮਾਗ 'ਚ ਬੱਚਿਆਂ ਦੇ 'ਚ ਭਰ ਗਏ। ਇਹਨਾਂ ਨੂੰ ਬਾਬਾ ਅਜੀਤ ਸਿੰਘ ਦੀ ਯਾਦ ਦਿਵਾਓ, ਇਹਨਾਂ ਨੂੰ ਬਾਬਾ ਜੁਝਾਰ ਸਿੰਘ ਦੀ ਯਾਦ ਦਿਵਾਓ, ਬਾਬਾ ਫਤਿਹ ਸਿੰਘ ਸਾਹਿਬ, ਬਾਬਾ ਜ਼ੋਰਾਵਰ ਸਿੰਘ ਦੀ, ਇਹਨਾਂ ਦੇ ਅੰਦਰ ਗਹਿਰੀ ਯਾਦ ਵਾੜ ਦਿਓ ਤਾਂ ਕਿ ਇਹਨਾਂ ਦੇ ਅੰਦਰ ਉਹ ਗੁਣ ਪੈਦਾ ਹੋਣ। ਉਹ ਲਾਣਾ ਚਿਤਾਰਿਓ ਜੀ, ਅਸੀਸ ਦਿਓ। ਵਾਹਿਗੁਰੂ ਜੀ ਕਾ ਖਾਲਸਾ।